YouTube ਚੈਨਲ 'ਤੇ। ਖਾਸ ਕਰਦੇ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਦੀ ਜੋ ਵੀਡੀਓ ਆ ਸਾਬੋ ਤਲਵੰਡੀ ਟਰੈਕਟਰ ਮੰਡੀ ਦੀ ਆ, ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਰਾਸ਼ਾ ਮੰਡੀ 'ਤੇ। ਅਤੇ ਵੀਡੀਓ ਸ਼ੁਰੂ ਕਰਦੇ ਹਾਂ। ਕੁਝ ਆਪਣੇ ਭਰਾਵਾਂ ਦੇ ਕਮੈਂਟ ਆਏ ਸੀਗੇ, ਛੱਤੀ ਦਸ 3630 855 ਅਤੇ ਕੁਝ ਹੋਰ ਟਰੈਕਟਰਾਂ ਦੇ ਵੀ ਕਮੈਂਟ ਸੀ। ਕੋਸ਼ਿਸ਼ ਕਰਦੇ ਅੱਜ ਉਹਨਾਂ ਨੂੰ ਮਾਲਕਾਂ ਦੇ ਨੰਬਰ ਦਿੰਦੇ ਹਾਂ, ਇਹ ਵੀਡੀਓ ਨਾਲ ਜੁੜੇ ਰਹੋ। ਸਭ ਤੋਂ ਪਹਿਲਾਂ ਟਰੈਕਟਰ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਹਾਂ, ਸਵਰਾਜ 744, ਚਾਰੇ ਟਾਇਰ ਬਿਲਕੁਲ ਨਵੇਂ ਆ, ਹਰਿਆਣਾ ਨੰਬਰ ਆ, HR24U। ਮਾਡਲ ਹੈਗਾ ਇਹ 2013, ਕਾਪੀ ਜੀ ਇਹਦੀ ਬਣੀ ਹੋਈ ਆ 2014 ਦੀ, ਕਿਉਂਕਿ ਪਿਛਲੇ ਮਹੀਨੇ ਵਿੱਚ ਆਇਆ ਟਰੈਕਟਰ ਆ। 4,40,000 ਰੁਪਈਆ ਡਿਮਾਂਡ ਆ JK ਦੇ ਟਾਇਰ ਆ, 14 ਦੇ ਟਾਇਰ ਆ। ਚੰਗੀ ਤਰ੍ਹਾਂ ਤੁਸੀਂ ਵੀਡੀਓ 'ਚ ਟਰੈਕਟਰ ਨੂੰ ਦੇਖ ਸਕਦੇ ਹੋ। ਉਸਦੇ ਨਾਲ ਆ ਗਿਆ ਜੀ ਸਵਰਾਜ ਵਾਲਿਆਂ ਦਾ 963, ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫ਼ ਆ, 2020 ਮਾਡਲ ਆ, ਕਾਪੀ ਜਿਹੜੀ ਇਹਦੀ 21 'ਚ ਬਣੀ ਹੋਈ ਆ, 6,85,000 ਰੁਪਈਆ ਮਾਲਕ ਦੀ ਡਿਮਾਂਡ ਆ। ਰੰਗ ਰੋਗਨ ਵਾਲਾ ਟਰੈਕਟਰ ਪੂਰਾ ਸਾਫ਼, MRF ਦੇ ਟਾਇਰ ਆ, 16028 ਸਾਈਜ਼। ਚੰਗੀ ਤਰ੍ਹਾਂ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ਼ ਕੰਡੀਸ਼ਨ। ਉਸਦੇ ਨਾਲ ਆ ਗਈ ਸਵਰਾਜ 855, ਇਹ ਟਰੈਕਟਰਾਂ ਦੀ ਵੀ ਕਾਫ਼ੀ ਡਿਮਾਂਡ ਕਰਕੇ ਕਮੈਂਟ ਆਉਂਦੇ ਰਹਿੰਦੇ ਵੀਡੀਓ 'ਚ। ਦੋ ਮਾਡਲ ਆ, 4,75,000 ਡਿਮਾਂਡ ਆ ਮਾਲਕਾਂ ਦੀ, MRF ਦੇ ਟਾਇਰ ਆ, 16 ਦੇ ਟਾਇਰਾਂ 'ਚ ਟਰੈਕਟਰ, 2013 ਮਾਡਲ, 4,75 ਮਾਲਕਾਂ ਦੀ ਡਿਮਾਂਡ ਹੈ। ਉਸਦੇ ਨਾਲ ਆ ਗਈ 555 ਮਿਨਰਾਲਿਆਂ ਦਾ DI ਟਰੈਕਟਰ, ਦੇਖਣ 'ਚ ਪੂਰਾ ਸਾਫ਼ ਆ, ਟਾਇਰ ਇਸਦੇ ਵੀ 16 ਦੇ, MRF ਦੇ ਟਾਇਰ ਆ, 2017 ਮਾਡਲ ਆ, 4,75,000 ਰੁਪਈਆ ਮਾਲਕਾਂ ਦੀ ਡਿਮਾਂਡ ਹੈ। ਆ ਵੀ ਟਰੈਕਟਰ ਤੁਹਾਡੇ ਸੀ ਬਾਈ? ਆਹ ਨੰਬਰ ਵਿੱਚ ਕਿਹੜੇ ਕਿਹੜੇ ਟਰੈਕਟਰ ਆ ਤੁਹਾਡੇ? ਆਪਣੇ ਉਹ 44 63, ਜਿਹੜਾ ਵੀਡੀਓ 'ਚ ਆਪਾਂ ਪਹਿਲਾਂ 44 ਤੋਂ ਸ਼ੁਰੂ ਕੀਤਾ, ਫਿਰ ਆ 63 ਵਿਖਾਇਆ, ਫਿਰ ਹੋਲੈਂਡ ਵੀ ਤੁਹਾਡੇ ਹੀ ਆ ਅਤੇ ਉਹਦੇ ਨਾਲ ਫੋਰਡ ਖੜਾ, ਉਹ ਨਹੀਂ ਆਪਣਾ, ਇਹ ਆਪਣੇ 6 ਟਰੈਕਟਰ। ਠੀਕ ਹੈ, ਲਓ ਜੀ ਇਹ 6, ਇਹਨਾਂ 6 ਟਰੈਕਟਰਾਂ ਦੇ ਮਾਲਕ ਦਾ ਨੰਬਰ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਟਰੈਕਟਰ ਬਹੁਤ ਸਾਫ਼ ਆ, ਇਹ ਜਿਹੜਾ ਆਪਾਂ ਤੁਹਾਨੂੰ ਮਹਿੰਦਰਾ 55 ਦਿਖਾ ਰਹੇ ਸੀ, 475 ਡਿਮਾਂਡ ਆ, 2017 ਮਾਡਲ ਆ ਜੀ। ਟਾਇਰ ਚਾਰੇ ਬਿਲਕੁਲ ਸਾਫ਼ ਕੰਡੀਸ਼ਨ ਦੇ ਪਏ ਆ। ਲਓ ਜੀ ਬਾਈ ਦੀ ਕੰਡੀਸ਼ਨ ਹੈ, ਕਹਿੰਦਾ ਬਾਈ ਜੀ ਸਾਫ਼ ਨਾਲ ਦੇ ਸਾਫ਼ ਟਾਇਰ ਆ, ਕੋਈ ਵੀ ਚੇਂਜ ਨਹੀਂ ਕਰਵਾਈ ਜੋ ਕੰਪਨੀ ਵੱਲੋਂ ਆਏ ਆ। ਇਹ ਆ ਗਿਆ ਫਾਰਮ 6055, ਇਹ ਵੀ ਟਰੈਕਟਰ ਪੂਰਾ ਸਾਫ਼। ਇਹ ਨੰਬਰ ਹਰਿਆਣਾ ਹੀ ਆ ਸਾਰੇ ਜੀ? NOC ਮਿਲੂਗੀ ਜੀ, ਹਰਿਆਣਾ ਨੰਬਰ ਆ ਸਾਰੇ ਟਰੈਕਟਰ। ਇਹ 16 ਮਾਡਲ ਆ, 5,10,000 ਰੁਪਈਆ ਡਿਮਾਂਡ ਆ, ਫਸਟ ਪਾਰਟੀ ਦੇ ਨਾਲ, 16 ਦੇ ਟਾਇਰਾਂ 'ਚ ਇਹ ਆ। ਅਤੇ ਇਹ 'ਚ ਬਾਈ ਜੀ ਤੁਹਾਡਾ ਨੰਬਰ ਕਿਹੜਾ ਇਹਨਾਂ 'ਚੋਂ? ਨਾਜਰ ਸਿੰਘ? ਦੂਜੀ ਲੈਣ, ਦੂਜੀ ਲੈਣ ਵਾਲਾ ਕਾਕਾ ਸਿੰਘ ਜੀ। ਪਿੰਡ ਕਿਹੜਾ ਬਾਈ ਦੇ? ਲਓ ਜੀ ਬਾਈ ਡੱਬ ਵਾਲੀ ਤੋਂ ਖਾਸ ਆ ਕਾਕਾ ਸਿੰਘ ਜੀ ਆ। ਜੇ ਕਿਸੇ ਨੇ ਵੀ ਇਹਨਾਂ ਦੇ ਤੋਂ ਇਹ ਟਰੈਕਟਰ ਲੈਣਾ ਹੋਵੇ, ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾ ਰਹੇ ਹਾਂ, 36 ਆ ਜੀ। ਉਹ ਕਿਹੜਾ ਮਾਡਲ ਆ ਜੀ? ਉਹਦੇ ਵੀ ਟਾਇਰ ਨਾਲ ਦੇ ਆ, ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ।
ਹਰਿਆਣਾ ਨੰਬਰ ਹੀ ਹੈ ਟਰੈਕਟਰ 17510 ਡਿਮਾਂਡ ਆ। ਡੱਬ ਵਾਲੀ ਸਵਰਾਜ ਏਜੰਸੀ ਕਹਿੰਦੀ ਬਸ। ਡੱਬ ਵਾਲੀ ਸਵਰਾਜ ਏਜੰਸੀ, ਠੀਕ ਹੈ ਜੀ। ਮੋਬਾਈਲ ਨੰਬਰ ਹੈਗਾ ਜੀ ਮਾਲਕ ਦਾ 94164535834, ਅਤੇ ਦੂਸਰਾ ਨੰਬਰ ਵੀ ਨੋਟ ਕਰ ਲਓ ਜੀ 87085992184। ਲਓ ਜੀ, ਕਿਸੇ ਨੇ ਵੀ ਇਹ ਟਰੈਕਟਰ ਲੈਣਾ ਹੋਵੇ, ਯਾਨੀ ਕਿ ਜਿੰਨੇ ਵੀ ਟਰੈਕਟਰ ਹੈ ਹੋਲੈਂਡ ਤੱਕ, ਆਪਾਂ ਤੁਹਾਨੂੰ ਪਹਿਲਾਂ ਦਿਖਾ ਰੱਖਦੇ ਹਾਂ 747 963 855 16 ਦੇ ਟਾਇਰਾਂ 'ਚ, 555 ਨਿਊ ਹੋਲੈਂਡ ਵਾਲਾ 36250 HP ਆ, ਹਾਊਸ ਪਾਵਰ ਤੁਸੀਂ ਦੇਖ ਸਕਦੇ ਹੋ, ਪੂਰਾ ਹਿਸਾਬ ਟਰੈਕਟਰ ਹੈ। ਇਹ ਤੁਸੀਂ ਬਾਈ ਕਾਕਾ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਆ। ਆਪਣੇ ਕੋਲ ਹੋਰ ਵੀ ਟਰੈਕਟਰ ਹੁੰਦੇ, ਠੀਕ ਹੈ, ਯਾਨੀ ਕਿ ਹੋਰ ਵੀ ਟਰੈਕਟਰ ਆ ਅਤੇ ਤੁਹਾਡੇ ਨਾਲ, ਹਾਂਜੀ, ਕਿਸੇ ਨੂੰ ਹੋਰ ਵੀ ਟਰੈਕਟਰਾਂ ਦੀ ਜ਼ਰੂਰਤ ਹੋਵੇ, ਪੁਰਾਣਾ ਵੀ ਵਿੱਚ ਕੱਟ ਲੈਂਦੇ, ਕਿਸੇ ਨੇ ਪੁਰਾਣਾ ਟਰੈਕਟਰ ਵੀ ਦੇਣਾ ਹੋਵੇ ਤੇ ਉਹ ਵੀ ਕੱਟ ਲੈਂਦੇ ਆ। ਇਹ ਲੋਨ ਵਾਲੀ ਸਕੀਮ ਵੀ ਹੁੰਦੀ ਹੈ ਤੁਹਾਡੇ ਕੋਲ ਤੇ ਨਹੀਂ? ਉਹ ਲੋਨ ਹਰਿਆਣੇ ਦੇ ਤਾਂ ਹੋ ਜਾਂਦਾ, ਜੇ ਹੁਣ ਪੰਜਾਬ ਚ ਕਰਾਵੇ ਕੋਈ ਨਾ ਕੋਈ ਹੋਊਗਾ, ਠੀਕ ਹੈ, ਹਰਿਆਣੇ ਚ ਲੈਣਾ, ਹਰਿਆਣੇ ਚ ਕਰਾਵੇ, ਠੀਕ ਹੈ, ਯਾਨੀ ਕਿ ਹਰਿਆਣੇ ਚ ਹੋ ਸਕਦਾ, ਪੰਜਾਬ ਚ ਨਹੀਂ ਹੋਣਾ ਗਾ ਲੋਨ। ਸੋ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸੀ। ਉਸਦੇ ਨਾਲ ਆ ਗਿਆ ਫੋਰਡ 3630 2003 ਮਾਡਲ, ਇਹ ਟਰੈਕਟਰ ਉਹਨਾਂ ਟਰੈਕਟਰਾਂ ਤੋਂ ਪਾਸੇ ਹੈ, ਇਹ ਕਾਕਾ ਸਿੰਘ ਦਾ ਟਰੈਕਟਰ ਨਹੀਂ ਹੈ, ਇਹ ਕਿਸੇ ਮਾਲਕ ਕੋਈ ਹੋਰ ਹੈ ਟਰੈਕਟਰ ਦਾ। ਜੇ ਮਿਲ ਗਿਆ ਤਾਂ ਜ਼ਰੂਰ ਤੁਹਾਡੇ ਨਾਲ ਨੰਬਰ ਸ਼ੇਅਰ ਕਰਾਂਗੇ। ਰੰਗ ਰੋਗ ਤੁਸੀਂ ਵੀਡੀਓ 'ਚ ਦੇਖ ਸਕਦੇ, ਠੀਕ ਠਾਕ ਹੈ ਜੀ, ਟਾਇਰ ਬਿਲਕੁਲ ਸਾਫ਼ ਹੈ, ਗੁਡੀਅਰ ਦੇ ਟਾਇਰ ਆ, 16 ਦੇ ਟਾਇਰਾਂ 'ਚ ਟਰੈਕਟਰ ਹੈ, 2003 ਮਾਡਲ ਦੀ ਡਿਮਾਂਡ 3,35,000। ਉਸ ਦੇ ਨਾਲ ਆ ਗਿਆ ਜੀ 855 ਸਵਰਾਜ, ਨੰਬਰ ਇਹ ਵੀ ਹਰਿਆਣਾ ਜੀ, 2009 ਮਾਡਲ ਆ, 3,65,000 ਰੁਪਇਆ ਡਿਮਾਂਡ ਆ। ਰੰਗ ਰੋਗਨ ਦਾ ਟਰੈਕਟਰ ਸਾਫ਼ ਆ, ਇਹ ਟਾਇਰ ਵੀ ਬੈਕ ਸਾਈਡ ਦੇ ਪੂਰੇ ਸਾਫ਼ ਹੈ, ਸੀਏਟ ਦੇ ਟਾਇਰ ਆ ਜੀ। ਉਸ ਦੇ ਨਾਲ ਆ ਗਿਆ ਜੀ ਇਸ ਮਰੂਤੀ ਸ਼ੋਅ 'ਚ 350 ਟਾਇਰ ਜੋ ਘਾਸੇ ਪਏ ਹੋਏ ਆ, ਰਾਜਸਥਾਨ ਨੰਬਰ ਆ, 2013 ਮਾਡਲ ਆ, 1,90,000 ਰੁਪਇਆ ਸਿਰਫ ਡਿਮਾਂਡ ਹੈ। ਉਸ ਦੇ ਨਾਲ ਆ ਗਈ ਸੋਨਾਲੀਕਾ 60, 2005 ਮਾਡਲ ਆ ਜੀ, 2,80,000 ਰੁਪਇਆ ਡਿਮਾਂਡ ਆ। ਰੰਗ ਰੋਗਨ ਦਾ ਟਰੈਕਟਰ ਸਾਫ਼ ਆ, ਪਾਵਰ ਸਟੇਅਰਿੰਗ ਕੀਤਾ ਹੋਇਆ, ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ, 16 ਦੇ ਟਾਇਰਾਂ 'ਚ, ਫਰੰਟ ਦੇ ਟਾਇਰ ਬਿਲਕੁਲ ਸਾਫ਼ ਆ। ਉਸ ਦੇ ਨਾਲ ਆ ਗਿਆ ਜੀ ਫਾਰਮ 60, 2007 ਮਾਡਲ ਆ ਜੀ, 2,55,000 ਰੁਪਇਆ ਡਿਮਾਂਡ ਆ। ਫਰੰਟ ਦੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਆ, ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ, 13 ਦੇ ਟਾਇਰਾਂ 'ਚ ਜੀ। ਇਹ ਵੀ ਬਾਈ ਹਰਿਆਣਾ ਨੰਬਰ ਹੀ ਆ ਅਤੇ ਪੰਜਾਬ ਆ ਪਤਾ ਨਹੀਂ। 2007 ਮਾਡਲ ਦੀ ਜੋ ਡਿਮਾਂਡ ਆ 2,55। ਉਸ ਦੇ ਨਾਲ ਆ ਗਿਆ ਜੀ ਪੰਜਾਬ ਨੰਬਰ ਟਰੈਕਟਰ ਆ, ਫੋਰਡ 3620। ਰੰਗ ਰੋਗਨ ਤੁਸੀਂ ਦੇਖ ਸਕਦੇ ਹੋ, ਵੀਡੀਓ 'ਚ ਤੁਹਾਨੂੰ ਦਿਖਾਈ ਦੇ ਸਕਦਾ, ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇ ਰਿਹਾ ਹੋਗਾ, ਰੰਗ ਰੋਗਨ ਥੋੜ੍ਹਾ ਜਿਹਾ ਛੇੜ ਹੋਗਾ। 95 ਮਾਡਲ ਆ, 2,05,000 ਰੁਪਇਆ ਡਿਮਾਂਡ ਹੈ। ਉਸ ਦੇ ਨਾਲ ਆ ਗਈ 61, ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ, ਰੰਗ ਰੋਗਨ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜੋ ਵੀ ਇਸਦਾ ਹੈ। 99 ਮਾਡਲ ਆ, 2,50,000 ਰੁਪਇਆ ਮਾਲਕਾਂ ਦੀ ਡਿਮਾਂਡ, ਬੈਕ ਸਾਈਡ ਦੇ ਟਾਇਰ ਆਪਾਂ 40 ਕੁ ਪੈਸੇ ਕਹਿ ਸਕਦੇ ਹਾਂ ਜੀ।
ਤੰਗ ਰੋਗਨ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਜੀ। ਇੱਧਰ ਤੁਹਾਨੂੰ ਵਿਖਾ ਰਹੇ ਹਾਂ ਐਸ਼ਰ, ਪੰਜਾਬ ਨੰਬਰ ਹੈ ਜੀ, PB12 ਸਰਕਾਰੀ ਨੰਬਰ ਪਲੇਟ ਲੱਗੀ ਹੋਈ ਹੈ, 2021 ਮਾਡਲ, 3 ਲੱਖ ਰੁਪਈਆ ਪੂਰੀ ਮਾਲਕਾਂ ਦੀ ਡਿਮਾਂਡ ਹੈ, ਬਿਲਕੁਲ ਨਵਾਂ ਟਰੈਕਟਰ, ਟਾਇਰ ਵੀ ਬਿਲਕੁਲ ਨਵੇਂ ਨੇ ਕਿਉਂਕਿ ਜ਼ਿਆਦਾ ਚੱਲਿਆ ਨਾ ਹੋਣ ਕਰਕੇ ਟਾਇਰ ਨਾਲ ਤੇ ਨਹੀਂ। ਉਸਦੇ ਨਾਲ ਆ ਗਿਆ ਜੀ ਸਵਰਾਜ 855 ਸਾਫ ਟਾਇਰਾਂ ਦਾ ਟਰੈਕਟਰ, ਰੰਗ ਰੋਗਨ ਦਾ ਵੀ ਪੂਰਾ ਸਾਫ ਆ, ਪਾਵਰ ਸਟੇਅਰ ਨਾ ਭਈਆ ਤੁਹਾਡਾ ਹੀ ਆ ਵੀ ਟਰੈਕਟਰ, ਕਿੰਨਾ ਮਾਡਲ ਆ ਬਾਈਏ? 13 ਮਾਡਲ ਆ ਅਤੇ ਡਿਮਾਂਡ ਕੀ ਰੱਖੀ ਆ? 4.5 ਲੱਖ ਰੁਪਈਆ ਬਾਈ ਦੀ ਡਿਮਾਂਡ ਆ, ਟਾਇਰ ਬਿਲਕੁਲ 4 ਨਵੇਂ ਆ, ਗੁਡੀਅਰ ਦੇ ਟਾਇਰ ਆ ਜੀ। ਉਸਦੇ ਨਾਲ ਆ ਗਈ ਫਾਰਮ 60, ਇਹਦੀ ਕੀ ਡਿਮਾਂਡ ਆ ਬਾਈ? 290 ਡਿਮਾਂਡ ਆ ਅਤੇ ਮਾਡਲ ਕਿਹੜਾ? 2007 ਇਹ ਪੰਜਾਬ ਨੰਬਰ ਹੀ ਆ ਤੁਹਾਨੂੰ? ਪੰਜਾਬ ਨੰਬਰ ਹੀ ਆ। ਲਓ ਜੀ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਅਤੇ ਟਾਇਰ ਬਿਲਕੁਲ ਸਾਫ਼ ਕੰਡੀਸ਼ਨ ਦੇ, ਬੈਕ ਸਾਈਡ ਦੇ ਸੀਟ ਦੇ ਟਾਇਰ। ਬਾਈ ਆਪਣਾ ਮੋਬਾਈਲ ਨੰਬਰ ਦੱਸੋਗੇ? 82 274 54 200 54 57 57 57 57 ਨਾਮ? 707 ਹੈਪੀ ਨਾ ਬਾਈ। ਹੈਪੀ ਨਾ ਪਿੰਡ ਬਠਿੰਡੇ ਤੋਂ ਹੈ ਬਾਈ। ਲਓ ਜੀ ਇਹ ਤੁਸੀਂ 3 ਟਰੈਕਟਰ ਜਿਹੜੇ ਤੁਹਾਨੂੰ ਦਿਖਾਏ ਆ, ਐਸ਼ਰ, ਸਵਰਾਜ 855 ਅਤੇ ਫਾਰਮ। ਇਸ ਮਾਲਕ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੈਪੀ ਬਠਿੰਡੇ ਤੋਂ। ਚਲੋ ਜੀ ਹੋਰ ਵੀ ਟਰੈਕਟਰ ਤੁਹਾਨੂੰ ਵਿਖਾਉਣੇ ਆ, ਜੁੜੇ ਰਹੋ ਵੀਡੀਓ ਨਾਲ। ਇੱਧਰ ਹੈਡਰ ਆ ਗਏ ਜੀ, ਜਿਹਨੂੰ ਆਪਾਂ ਆਮ ਮਿਲਣੀ JCB ਮਸ਼ੀਨ ਕਹਿ ਸਕਦੇ ਹਾਂ, ਐਸ਼ਰ 'ਤੇ ਤਿਆਰ ਕੀਤੀ ਹੈ, 2021 ਮਾਡਲ, 4,70,000 ਰੁਪਈਆ ਡਿਮਾਂਡ ਹੈ ਜੀ। ਟਾਇਰ ਜਿਹੜੇ ਬੈਕ ਸਾਈਡ ਦੇ ਕਸ ਦਿੱਤੇ ਹੋਏ ਆ, ਫਰੰਟ ਦੇ ਬਿਲਕੁਲ ਸਾਫ਼ ਹੈ ਜੀ। ਉਸਦੇ ਨਾਲ ਆ ਗਏ ਹਰਿਆਣਾ ਨੰਬਰ ਟਰੈਕਟਰ 60 ਫਾਰਮ, 2007 ਮਾਡਲ ਆ, 2,75,000 ਰੁਪਈਆ ਮਾਲਕ ਦੀ ਡਿਮਾਂਡ ਆ, ਚਾਰੇ ਟਾਇਰ ਬਿਲਕੁਲ ਓਕੇ ਅਤੇ ਰੰਗ ਰੋਗਨ ਦਾ ਵੀ ਪੂਰਾ ਸਾਫ਼ ਪਿਆ ਜੀ ਟਰੈਕਟਰ, ਤੁਸੀਂ ਚੰਗੀ ਤਰ੍ਹਾਂ ਕੈਮਰੇ 'ਚ ਦੇਖ ਸਕਦੇ ਹੋ। ਉਸਦੇ ਨਾਲ ਆ ਗਿਆ ਐਸ਼ਰ, 21 ਮਾਡਲ ਆ ਜੀ, 3,05,000 ਰੁਪਈਆ ਡਿਮਾਂਡ ਆ ਜੀ, ਪੰਜਾਬ ਨੰਬਰ ਆ, ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਆ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ, ਪੂਰਾ ਸਾਂਭ ਕੇ ਰੱਖਿਆ ਹੋਇਆ। ਉਸਦੇ ਨਾਲ ਆ ਗਈ 95 ਮਾਡਲ ਐਸ਼ਰ, 1,27,000 ਰੁਪਈਆ ਡਿਮਾਂਡ ਆ, ਟਾਇਰ ਚਾਰੇ ਬਿਲਕੁਲ ਸਾਫ਼ ਆ, ਰੰਗ ਰੋਗਨ ਤੁਸੀਂ ਦੇਖ ਸਕਦੇ ਹੋ। ਉਹਦੇ ਨਾਲ ਆ ਗਿਆ ਮਹਿੰਦਰਾ 265, ਪਚਾਨਵੇਂ ਮਾਡਲ, 1,45,000 ਰੁਪਈਆ ਡਿਮਾਂਡ, ਟਾਇਰ ਬਿਲਕੁਲ ਨਵੇਂ ਆ, 12 ਦੇ ਟਾਇਰ ਆ। ਉਸਦੇ ਨਾਲ ਆ ਗਈ 2004 ਮਾਡਲ ਸੋਨਾ ਲੀਕਾ, 1,95 DI 35, ਬੈਕ ਸਾਈਡ ਦੇ ਟਾਇਰ ਜਿਹੜੇ ਘਾਸੇ ਪਏ, ਫਰੰਟ ਦੇ ਬਿਲਕੁਲ ਨਵੇਂ, 2004 ਦੀ ਡਿਮਾਂਡ ਹੈ 1,95। ਚੰਗੀ ਤਰ੍ਹਾਂ ਟਰੈਕਟਰ ਵੀਡੀਓ 'ਚ ਦੇਖ ਸਕਦੇ ਹੋ। ਉਹਦੇ ਨਾਲ ਆ ਗਿਆ 96 ਮਾਡਲ, 98,000 ਰੁਪਈਆ ਡਿਮਾਂਡ ਆ ਜੀ, ਟਾਇਰ ਜੋ ਇਸ ਦੇ ਘਾਸੇ ਪਏ ਹੋਏ ਆ। ਉਸਦੇ ਨਾਲ 2019 ਮਾਡਲ ਆ ਗਿਆ ਜੀ ਐਸ਼ਰ, ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਪੂਰਾ, ਟਾਇਰ ਵੀ ਚਾਰੇ ਨਵੇਂ ਆ ਜੀ, ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਰੰਗ ਰੋਗਨ ਦਾ ਪੂਰਾ ਸਾਫ਼ ਟਰੈਕਟਰ ਆ, 2,85,000 ਰੁਪਈਆ ਮਾਲਕ ਦੀ ਡਿਮਾਂਡ ਹੈ। ਤੁਹਾਡਾ ਬਾਈ? ਤੁਹਾਡਾ ਜੀ? ਅੱਛਾ ਜੀ। ਸੋ ਵੀਡੀਓ ਵੇਖਣ ਲਈ ਧੰਨਵਾਦ ਤੁਹਾਡਾ।